ਅਸਲਾਮ ਅਲੈਕਮ ਜਮੀਲ ਭਾਈ ਵਾਲੇਕਮ ਸਲਾਮ ਅਜਾਜ਼ ਭਾਈ ਕੀ ਹਾਲ ਜੇ ਠੀਕ ਠਾਕ ਹੋ ਖਰੀਏ ਤੇ ਅੱਲਾ ਦਾ ਕਰਮ ਠੀਕ ਠਾਕ ਅੱਛਾ ਲੱਗਦਾ ਕਮਾਂਡੋ ਭਾਈ ਤੁਹਾਨੂੰ ਸਪੈਸ਼ਲ ਮਿਲਣ ਵਾਸਤੇ ਆਏ ਨੇ ਆਪਣੇ ਭਾਈ ਨੇ ਤੇ ਮਿਲਣ ਆਏ ਨੇ ਤੇ ਸਪਰੇਅ ਪੈ ਸੀ ਅੱਛਾ ਮੂੰਹ ਜੀ ਨੂੰ ਸਪਰੇਅ ਹੋ ਰਹੀ ਏ ਸਪਰੇਅ ਹੋ ਰਹੀ ਏ ਕਿਹੜੀ ਸਪਰੇਅ ਹੋ ਰਹੀ ਏ ਤੇ ਕਿਸ ਟਾਈਮ ਤੇ ਕਰਦੇ ਪੈ ਜੇ ਇਹ ਮਾਸ਼ਾਅੱਲਾ ਬਗੋਲੇ ਆਈ ਏ ਗੋਬ ਤੇ ਜੀ ਜੀ ਤੈਨੂੰ ਇਜ਼ਾ ਬਿਆਨ ਤੇ ਨਾਲ ਕੋ ਦੋ ਤਿੰਨ ਜ਼ਹਿਰਾ ਹੋਰ ਮਿਲਾ ਕੇ ਤੈਨੂੰ ਕਰ ਰਹੇ ਅੱਛਾ ਇਹਦਾ ਮਕਸਦ ਕੀ ਏ ਇਹਦਾ ਮਕਸਦ ਇਹ ਵੇ ਕਿ ਦਾਣਾ ਸੇਧ ਮੰਦ ਹੋ ਜਾਏ ਤੇ ਇਹ ਜਰਾ ਪਤਲ ਨਾ ਬਣੇ ਅੱਗੇ ਰੇਟ ਅੱਗੇ ਡਾਊਨ ਹੋਇਆ ਪਿਆ ਠੀਕ ਹੋ ਗਿਆ ਚਲੋ ਚਾਰ ਮਨ ਨਿਕਲ ਆਵੇ ਤਾਂ ਕੋ ਸਾਡਾ ਵੀ ਥੋੜਾ ਬੋਧਾ ਕੰਮ ਸਿੱਧਾ ਹੋ ਜਾਏ ਇਹ ਮਾਸ਼ਰਾ ਠੇਕੇ ਦੀ ਆਪਣੀ ਜ਼ਮੀਨ ਹੈ ਇਹ ਠੇਕੇ ਦੀ ਜ਼ਮੀਨ ਹੈ ਠੀਕ ਹੋ ਗਿਆ ਤੇ ਇਹ ਕਿੰਨਾ ਠੇਕ ਹੈ ਇਹ ਠੇਕਾ ਇੱਥੇ ਲੱਖ ਰੁਪਏ ਚੱਲ ਰਿਹਾ ਹੈ ਲੱਖ ਰੁਪਏ ਦਾ ਆਮ ਠੇਕਾ ਹੈ ਆਮ ਹੋਇਆ ਪਿਆ ਲੱਖ ਰੁਪਏ ਠੀਕ ਹੋ ਗਿਆ ਤੇ ਇਹਦੇ ਕਿੰਨੀ ਐਵਰੇਜ ਕਿੰਨੀ ਹੈ ਉਸ ਕਿੰਨੀ ਮੁੰਜੀ ਨਿਕਲਦੀ ਹੈ ਉਸ 40 ਤੋਂ 50 ਮੰਨਦੇ ਠੀਕ ਹੋ ਗਿਆ ਤੇ ਤੁਸੀਂ ਕਹਦੇ 40 ਨਾਲ ਨਿਕਲੇ 50 ਨਾਲ ਨਿਕਲੇ ਤਾਂ ਕਿ ਸਪਰੇਅ ਕਰ ਰਹੇ ਹੋ ਸਪਰੇਅ ਕਰ ਰਹੇ ਆਣੇ ਚਾਰ ਘਰ ਆ ਜਾਣ ਰੇਡ ਹਉਣ ਵੇ ਵੇ ਕੰਮ ਕਮ ਖਰਚਾ ਤਾਂ ਪੂਰਾ ਹੋ ਜਾਈ ਜਾਏ ਖਰਚਾ ਪੂਰਾ ਹੋ ਜਾਏ ਵੀ ਤੁਸੀਂ ਇਹ ਪੇਗਾਮ ਕੀ ਦੇਣਾ ਚਾਹ ਰਹੇ ਹੋ ਹਕੂਮਤ ਪੰਜਾਬ ਨੂੰ ਜਾਂ ਜੋ ਹਕੂਮਤ ਆਈ ਹੈ ਕਿ ਜ਼ਿਮੀਦਾਰਾਂ ਨਾਲ ਕੋਛਾ ਸੁਲੂਗਣੀ ਕਰ ਪਾ ਰਹਾ ਹੈ ਕਣਕ ਸਸਤੀ ਮੱਕਈ ਸਸਤੀ ਵੱਡੀਆਂ ਜਿਹੇ ਫਸਲਾਂ ਨੇ ਮੂੰਗੀ ਸਸਤੀ ਮੂੰਗੀ ਦਾ ਹਾਲਾਤ ਫਿਰ ਐਡਵਾਂਸ ਹੀ ਉਹਨਾਂ ਦਾ ਡਰਾਣਾ ਸ਼ੁਰੂ ਕਰ ਦਿੱਤਾ ਹੈ ਜ਼ਿਮੀਦਾਰ ਨੂੰ ਤਾਂ ਕਿ ਸਟਾਕੀਏ ਦਰਮਿਆਨ ਵਾਲੇ ਮਿਡਲਮੈਨ ਉਹ ਪੈਸੇ ਬੁਝ ਕਮਾ ਲੈਣ ਤੇ ਜ਼ਿੰਮੇਦਾਰ ਹੱਥੇ ਮਲਦਾ ਰਹਿ ਜਾਏ ਬਿਲਕੁਲ ਬਿਲਕੁਲ ਐਵੇਂ ਹੀ ਗੱਲ ਹੁਣ ਤੁਸੀਂ ਆਪਣਾ ਪੈਗਾਮ ਪਹੁੰਚਾਓ ਕਿ ਇਹ ਤਾਂ ਮੇਰਾ ਪੈਗਾਮ ਸੀ ਨਾ ਤੁਹਾਡਾ ਕੀ ਪੈਗਾਮ ਸਾਡਾ ਪੈਗਾਮ ਹੈ ਹਕੂਮਤ ਪੰਜਾਬ ਅੱਗੇ ਵੀ ਸਾਨੂੰ ਕੋ ਅੱਛਾ ਰਿਲੀਫ ਦਿੱਤਾ ਜਾਏ ਅੱਛਾ ਰੇਟ ਦਿੱਤਾ ਜਾਏ ਤੇ ਅਸੀਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨੇ ਆ ਕਿ ਕਮ ਸੋ ਕਮ ਕੋ 4000 ਰੁਪਏ ਮੰਨਦਾ ਹੋਣਾ ਚਾਹੀਦਾ ਜੋ ਜਿੰਨਾ ਖਰਚਾ ਆ ਰਿਹਾ ਹੈ ਬਿਲਕੁਲ ਇਹ ਅਗਰ ਰੀਲੀਫ ਨਹੀਂ ਦੇਣਾ ਤਾਂ ਕੰਮ ਕਮ ਜਿਹੜੀ ਸਪਰੇਅ ਹੈ ਦੇਖੋ ਜੀ 4000 ਤੇ 800 ਰੁਪਏ ਦੀ ਸਪਰੇਅ ਹੋ ਰਹੀ ਹੈ ਇਸ ਤੋਂ ਪਹਿਲੇ 50 ਤੋਂ 60000 ਰੁਪਏ ਦੀ ਖਾਦ ਇਸਮਾਲ ਹੋ ਚੁੱਕੀ ਹੈ ਖਾਦ ਇਸਤੇਮਾਲ ਹੋ ਰਹੀ ਹੈ ਡੀਜ਼ਲ ਇਸਤੇਮਾਲ ਹੋਇਆ ਡੀਜ਼ਲ ਹੋ ਰਿਹਾ ਹੈ ਫਿਰ ਵਾਹ ਹੋ ਰਹੀ ਹੈ ਟਰੈਕਟਰ ਚੱਲ ਰਹੇ ਨੇ ਬਹੁਤ ਹੀ ਖਰਚੇ ਉਹਦੇ ਦੇ ਤੁਹਾਨੂੰ ਕੋਈ ਸਬਸਿਡੀ ਜਾਂ ਰਾਹਤ ਮਿਲ ਜਾਏ ਤਾਂ ਬਿਹਤਰ ਨਹੀਂ ਬਿਹਤਰ ਹੈ ਕੋਈ ਸ਼ਾਇਦ ਮਿਲਣੀ ਚਾਹੀਦੀ ਮਿਲ ਹੀ ਨਹੀਂ ਰਹੀ ਸਿਰਫ ਐਲਾਨ ਹੀ ਕਰਨਾ ਨੇ ਤੁਹਾਨੂੰ ਆਹ ਦੇ ਰਹੇ ਨੇ ਤੇ ਆਹ ਦੇ ਰਹੇ ਨੇ ਤੇ ਮਿਲਦੀ ਕੋਈ ਚੀਜ਼ ਨਹੀਂ ਪਈ ਜੀ ਕੋ ਲੋ ਜੀ ਤੁਹਾਡਾ ਪੇਗਾਮ ਇਨਸ਼ਾ ਅੱਲਾਹ ਜੀ ਵਜ਼ੀਰੀਆ ਇੰਟਰਨੈਟ ਪੂਰੇ ਪਾਕਿਸਤਾਨ ਪਹੁੰਚ ਜਾਏਗਾ ਵਜ਼ੀਰ ਹਾਲਾ ਮਰਮੀਆਂ ਨਵਾਦ ਅੱਗੇ ਅਪੀਲ ਹੈ ਸਾਡੀ ਕਿ ਉਹਦੇ ਤੇ ਕਿਰੇ ਸਾਡੀ ਗੱਲ ਪਹਚਾਈ ਜਾਏ ਉਹਨੂੰ ਪਤਾ ਲੱਗੇ ਵੀ ਜ਼ਿੰਮੇਵਾਰਾਂ ਦਾ ਮਤਲਬ ਹੈ ਕੀ ਹਾਲ ਪਿਆ ਹੁੰਦਾ ਹੈ ਵੀ ਲੱਖ ਲੱਖ ਰੁਪਏ ਠੇਕੇ ਦੇ ਰਹੇ ਨੇ ਤੇ ਉਹਨਾਂ ਨੂੰ ਕੀ ਬਚਤ ਹੈ ਤੇ ਕੀ ਖੁਸ਼ ਆ ਰਿਹਾ ਠੀਕ ਹੋ ਗਿਆ ਇਹ ਸਾਡਾ ਮਤਲਬ ਹੈ ਪੇਗਾਮ ਉਹਦੇ ਤੇ ਕਿਰਪਾ ਪਹੁੰਚਣਾ ਚਾਹੀਦਾ